शहर कसूर है दूर मेरे लई ते तेरे लई नकोदर होए साडे नालों पंछी चंगे भावें इधर जान जा उधर ਉੱਥੇ ਔਰਤਾਂ ਨੇ ਜਿਹੜਾ ਇੱਕ ਸੱਤੀ ਹੋ ਗਈਆਂ ਸੀ ਕੂਏ ਛਲਾਂਗ ਮਾਰ ਕੇ ਅੱਛਾ ਜੀ ਸੋਚਿਆ ਮਾਰ ਦਿੱਤਾ ਡਰਾਈਵਰ ਵੀ ਦੇ ਵਿੱਚ ਬੈਠਾ ਸੀ ਕੰਡਕਟਰ ਹੋਰਾਂ ਜਿਹੜਾ ਵੀ ਸੀ ਅੱਛਾ ਕੀਤਾ ਗੌਰ ਹਮੀਦਿਆ ਸੋਚਿਆ ਕਦੀ ਕੀਤਾ ਗੌਰ ਹਮੀਦਿਆ ਸਾਡੇ ਨਾਲੋਂ ਯਾਦ ਤੋਂ ਸਾਰੀ ਆ ਰਹੀ ਹਮੀਦਿਆ ਸਾਡੇ ਨਾਲੋਂ ਚੰਗੇ ਨੇ ਹੁੰਦਾ ਸੀ ਇੱਥੇ ਸ਼ਖਸ ਇੱਕ ਸੱਚਾ ਕਿੱਧਰ ਗਿਆ ਇਸ ਪੱਥਰਾਂ ਦੇ ਸ਼ਹਿਰ 'ਚੋਂ ਸ਼ੀਸ਼ਾ ਕਿੱਧਰ ਗਿਆ ਜਾਂਦਾ ਜੋ ਮੇਰੇ ਪਿੰਡ ਨੂੰ ਰਸਤਾ ਕਿੱਧਰ ਗਿਆ ਪੈੜਾਂ ਦੀ ਸ਼ਾਇਰੀ ਦਾ ਉਹ ਵਰਕਾ ਕਿੱਧਰ ਗਿਆ ਹੁੰਦੇ ਸਨ ਜੋ ਮੇਰੇ ਯਾਰ ਕਦੇ ਮੇਰਾ ਆਸਰਾ ਉਹ ਸੁੱਚਾ ਉਹ ਕਰਮਾ ਉਹ ਪਿਆਰਾ ਕਿੱਧਰ ਗਿਆ ਪਾਤਰ ਨੂੰ ਜਾਣ ਜਾਣ ਕੇ ਪੁੱਛਦੀ ਹੈ ਅੱਜ ਹਵਾ ਰੇਤੇ 'ਤੇ ਤੇਰਾ ਨਾਮ ਸੀ ਲਿਖਿਆ ਕਿੱਧਰ ਗਿਆ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਹਾਂ ਜੀ ਅਮਨਪ੍ਰੀਤ ਸਿੰਘ ਅਤੇ ਦੇਸ਼ ਵਿਦੇਸ਼ ਦੇ ਸਾਰੇ ਦਰਸ਼ਕਾਂ ਦਾ ਤੁਹਾਡੇ ਆਪਣੇ ਹਰਮਨ ਪਿਆਰੇ ਪ੍ਰੋਗਰਾਮ ਪੰਜਾਬੀ ਲਹਿਰ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ ਦੋਸਤੋ ਅਕਸਰ ਅਸੀਂ ਕੁਛ ਵੀਡੀਓਜ਼ ਲੈ ਕੇ ਆਉਂਦੇ ਹਾਂ ਜਿਹਦੇ ਵਿੱਚ ਜਿਹੜੇ ਲੋਕ 47 ਤੋਂ ਬਾਅਦ ਕੁਛ ਇੱਧਰੋਂ ਉੱਧਰ ਗਏ ਕੁਛ ਇੱਧਰੋਂ ਉੱਧਰ ਆਏ ਮਕਸਦ ਪੰਜਾਬੀ ਲਹਿਰ ਦਾ ਸਿਰਫ ਇੰਨਾ ਹੀ ਹੈ ਕਿ ਜੋ ਨਫ਼ਰਤ ਦੀ ਹਨੇਰੀ ਚੱਲੀ ਹੋਈ ਹੈ ਇਹਦੇ ਵਿੱਚ ਅਮਨ ਦਾ ਦੀਵਾ ਬਾਲੀ ਰੱਖਣਾ ਸੋ ਪੰਜਾਬੀ ਲਹਿਰ ਪੂਰੀ ਤਰ੍ਹਾਂ ਸਮਰਪਿਤ ਹੈ ਜੀ ਅਮਨ ਅਤੇ ਸ਼ਾਂਤੀ ਨੂੰ ਅੱਜ ਅਸੀਂ ਇਸੇ ਦੇ ਤਹਿਤ ਪਹੁੰਚੇ ਹੋਏ ਹਾਂ ਦੇਸ਼ ਦੀ ਰਾਜਧਾਨੀ ਯਾਨੀ ਕਿ ਇੰਡੀਆ ਦੀ ਰਾਜਧਾਨੀ ਦਿੱਲੀ ਦੇ ਪੀਰਾਗੜੀ ਇਲਾਕੇ ਦੇ ਵਿੱਚ ਸਾਡੇ ਨਾਲ ਇੱਕ ਬਜ਼ੁਰਗ ਸ਼ਖਸੀਅਤ ਮੌਜੂਦ ਨੇ ਉਹਨਾਂ ਨਾਲ ਕੁਛ ਗੱਲਾਂ ਬਾਤਾਂ ਕਰਾਂਗੇ ਉਹਨਾਂ ਦੇ ਪਿੰਡ ਬਾਰੇ ਜੋ ਹੁਣ ਕੰਡਿਆਲੀ ਤਾਰ ਤੋਂ ਪਾਰ ਰਹਿ ਚੁੱਕਾ ਹੈ ਉਹਨਾਂ ਦੇ ਜੀਵਨ ਬਾਰੇ ਔਰ ਹੋਰ ਢੇਰ ਸਾਰੀਆਂ ਗੱਲਾਂ ਬਾਤਾਂ ਉਹਨਾਂ ਦੇ ਨਾਲ ਕਰਾਂਗੇ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਨਾਮ ਦੱਸੋ ਪਹਿਲਾਂ ਤਾਂ ਆਪਣਾ ਕੀ ਹੈ ਜੀ ਮੇਰਾ ਨਾਮ ਰਾਮ ਸਰੂਪ ਜੁਨੇਜਾ ਰਾਮ ਸਰੂਪ ਜੁਨੇਜਾ ਅਤੇ ਕਿੰਨੀ ਉਮਰ ਹੋ ਗਈ ਹੈ ਲਗਭਗ ਮੇਰੀ ਉਮਰ ਇਸ ਵੇਲੇ 82 ਪਲੱਸ ਹੈ ਠੀਕ ਹੈ ਜੀ 82 ਸਾਲ ਦੀ ਉਮਰ ਹੋ ਚੁੱਕੀ ਹੈ ਅਤੇ ਜੁਨੇਜਾ ਸਾਹਿਬ ਸਿਹਤ ਕਿਵੇਂ ਰਹਿੰਦੀ ਹੈ ਜੀ ਉਮਰ ਦੇ ਹਿਸਾਬ ਨਾਲ ਠੀਕ ਰਹਿੰਦੀ ਹੈ ਠੀਕ ਹੈ ਜੀ ਬੜੀ ਅੱਛੀ ਗੱਲ ਅੱਛਾ ਜੁਨੇਜਾ ਸਾਹਿਬ ਗੱਲ ਆਪਾਂ 70-75 ਵਰੇ ਪਹਿਲਾਂ ਦੀ ਕਰਦੇ ਹਾਂ ਜਨਮ ਹੈ ਜਿਹੜਾ ਤੁਹਾਡਾ ਉਹ ਕਿਹੜੇ ਪਿੰਡ ਦਾ ਹੈ ਜੀ ਜੋਕ ਦਰਗਾਹ ਸ਼ਾਹ ਜ਼ਿਲ੍ਹਾ ਜੀ ਜ਼ਿਲ੍ਹਾ ਜੰਗ ਤਹਿਸੀਲ ਸ਼ੋਰਕੋਟ ਅਤੇ ਡਾਕਖਾਨਾ ਡਾਕਖਾਨਾ ਮੀਰਨਿਆਲਾ ਔਰ ਥਾਣਾ ਗੜਮਰਾ ਗਿਆ ਠੀਕ ਹੈ ਜੀ ਅਤੇ ਕੋਈ ਲਾਗੇ ਤਾਗੇ ਦੇ ਵੀ ਦੋ ਚਾਰ ਕੁਛ ਪਿੰਡਾਂ ਦਾ ਕੁਛ ਸ਼ਹਿਰਾਂ ਦਾ ਨਾਮ ਦੱਸੋ ਜੀ ਹਾਂ ਲਾਗੇ ਪਿੰਡ ਪੈਂਦੇ ਸੀ ਮੀਰਨਿਆਲਾ ਠੀਕ ਹੈ ਜੀ ਔਰ ਇੱਧਰ ਬਸਤੀ ਭੁੱਲ ਗਿਆ ਯਾਰ ਚਲੋ ਕੋਈ ਗੱਲ ਨਹੀਂ ਜੀ ਜਨੇਜਾ ਸਾਹਿਬ ਇਹ ਦੱਸੋ ਕਿ ਜਿਹੜਾ ਤੁਹਾਡਾ ਪਿੰਡ ਸੀਗਾ ਹਾਂਜੀ ਉਹਦੀ ਕੁੱਲ ਆਬਾਦੀ ਕਿੰਨੀ ਸੀ ਕੁੱਲ ਆਬਾਦੀ ਜ਼ਿਆਦਾ ਨਹੀਂ ਸੀ ਉਹਦੇ 'ਚ 300-400 ਘਰ ਸੀ ਠੀਕ ਹੈ ਇਸ ਤੋਂ ਜ਼ਿਆਦਾ ਵੱਡਾ ਪਿੰਡ ਨਹੀਂ ਸੀ ਜਿਹਦੇ 'ਚ ਹਿੰਦੂ ਆਬਾਦੀ ਜ਼ਿਆਦਾ ਸੀ ਠੀਕ ਹੈ ਜੀ ਔਰ ਉੱਥੇ ਜ਼ਿਆਦਾ ਜੋ ਮੁਸਲਮਾਨ ਸੀ ਉਹ ਕਾਸ਼ਤਕਾਰ ਸੀ ਠੀਕ ਹੈ ਜੀ ਜਿਹੜੇ ਕਿ ਮਜ਼ਦੂਰੀ ਟਾਈਪ ਹਿੱਸੇ 'ਤੇ ਕਾਸ਼ਤ ਕਰਨਾ ਜਾਂ ਦਿਹਾੜੀ 'ਤੇ ਕਾਸ਼ਤ ਕਰਨਾ ਮਜ਼ਦੂਰੀ ਕਰਦੇ ਸੀ ਲਗਭਗ ਠੀਕ ਹੈ ਜੀ ਬਾਕੀ ਹਿੰਦੂਆਂ ਦਾ ਜ਼ਿਆਦਾ ਉੱਥੇ ਦਬਦਬਾ ਸੀ ਲੇਕਿਨ ਉਹ ਪਿੰਡ ਵੈਸੇ ਇੱਕ ਸਿਆਲ ਸੀ ਉਹਦੇ ਅੰਡਰ ਸੀ ਠੀਕ ਹੈ ਜੀ ਹਾਂ ਅਤੇ ਮੁਸਲਮਾਨ ਜਿਹੜੇ ਸੀਗੇ ਉਹਨਾਂ ਦੀਆਂ ਕੋਈ ਕੌਮਾਂ ਯਾਦ ਹੈ ਕਿਹੜੀਆਂ ਕਿਹੜੀਆਂ ਕੌਮਾਂ ਪਿੰਡ 'ਚ ਆਬਾਦ ਸੀ ਮੁਸਲਮਾਨਾਂ ਦੀਆਂ ਉਹ ਯਾਦ ਨਹੀਂ ਠੀਕ ਹੈ ਜੀ ਅਤੇ ਤੁਹਾਡੇ ਜਿਹੜੇ ਪਿਤਾ ਜੀ ਸੀਗੇ ਹਾਂ ਉਹਨਾਂ ਦਾ ਨਾਮ ਅਤੇ ਆਪਣੇ ਦਾਦਾ ਜੀ ਆਪਣੇ ਥੋੜ੍ਹਾ ਖਾਨਦਾਨ ਬਾਰੇ ਦੱਸੋ ਮੇਰੇ ਪਿਤਾ ਜੀ ਲਾਲਾ ਖਾਨ ਚੰਦ ਜੀ ਠੀਕ ਹੈ ਜੀ ਔਰ ਦਾਦਾ ਲਾਲਾ ਬਾਲ ਮੁਕੰਦ ਜੀ ਠੀਕ ਹੈ ਜੀ ਔਰ ਲਾਲਾ ਬਾਲ ਮੁਕੰਦ ਜੀ 86 ਠੀਕ ਹੈ ਜੀ ਅਸੀਂ ਉੱਥੇ ਸਾਰਾ ਪਰਿਵਾਰ ਇਕੱਠੇ ਹੀ ਰਹਿੰਦੇ ਸੀ ਠੀਕ ਹੈ ਜੀ ਔਰ ਮੇਰੇ ਪਿਤਾ ਜੀ ਵੀ ਸਾਡੇ ਨਾਲ ਹੀ ਰਹਿੰਦੇ ਸੀ ਉੱਥੇ ਠੀਕ ਹੈ ਜੀ ਹਾਂ
ਤੇ ਕੀ ਕੰਮ ਕਾਰ ਕਰਦੇ ਸੀ ਤੁਹਾਡੇ ਦਾਦੇ ਸੀ ਤੁਹਾਡੇ ਦਾਦਾ ਜੀ ਤੁਹਾਡੇ ਪਿਤਾ ਜੀ? ਸਾਡਾ ਮੇਨ ਕੰਮ ਸੀ ਜ਼ਿਮੀਂਦਾਰਾ। ਠੀਕ ਹੈ ਜੀ। ਔਰ ਅਸੀਂ ਗੌਰਮੈਂਟ ਦੇ ਟੈਂਡਰ ਲੈਂਦੇ ਸੀ। ਓਕੇ ਓਕੇ ਠੀਕ। ਜ਼ਮੀਨਾਂ ਦੇ? ਠੀਕ ਹੈ ਜੀ। ਔਰ ਉਹਨਾਂ 'ਤੇ ਕਾਸ਼ਤ ਕਰਵਾਉਂਦੇ ਸੀ ਮਜ਼ਦੂਰਾਂ ਤੋਂ। ਠੀਕ ਹੈ ਜੀ। ਔਰ 1000-2000 ਵੀਘਾ ਜ਼ਮੀਨ ਲੈ ਲਈ। ਠੀਕ ਹੈ ਜੀ। ਅਤੇ ਉਹ ਜਿਹੜਾ ਕਾਸ਼ਤ ਕਰਵਾ ਲਈ। ਠੀਕ ਠੀਕ। ਔਰ ਕੁਛ ਆਪਣੀ ਜ਼ਮੀਨ ਸੀ ਪਿੰਡ ਦੀ, ਉੱਥੇ ਆਪਣੀ ਹੀ ਕਾਸ਼ਤ ਕਰਵਾਉਂਦੇ ਸੀ, ਲੇਕਿਨ ਮੇਨ ਕੰਮ ਉੱਥੇ ਜ਼ਿਮੀਂਦਾਰਾ ਸੀ। ਠੀਕ ਹੈ ਜੀ। ਅਤੇ ਨਾਲੇ ਸਾਡੇ ਕੋਲ ਉੱਥੇ ਰਾਸ਼ਨ ਦਾ ਡਿੱਪੂ ਵੀ ਸੀ, ਚੀਨੀ ਦਾ ਡਿੱਪੂ ਹੁੰਦਾ ਸੀ ਰਾਸ਼ਨ ਦਾ ਜੀ, ਉਹ ਸੀ ਸਾਡਾ ਜੀ। ਜਿਹੜੀ ਤੁਹਾਡੀ ਜੱਦੀ ਪੁਸ਼ਤੈਨੀ ਜ਼ਮੀਨ ਸੀ, ਯਾਦ ਹੈ ਜੀ ਉਹ ਕਿੰਨੀ ਸੀ? ਉੱਥੇ ਬਹੁਤ ਜ਼ਿਆਦਾ ਨਹੀਂ ਸੀ। ਠੀਕ ਹੈ ਜੀ। ਉਹ ਜ਼ਿਆਦਾ ਹੀ ਹੋਣੀ ਹੈ ਤਾਂ 8-10 ਵਿਘੇ ਹੋਣੀ ਹੈ। ਠੀਕ ਠੀਕ। ਇਸ ਜ਼ਿਆਦਾ ਨਹੀਂ ਸੀ, ਆਪਣੀ ਜ਼ਮੀਨ ਘੱਟ ਸੀ, ਅਸੀਂ ਟੈਂਡਰ ਲੈ ਕੇ ਹੀ ਮਤਲਬ ਕਰਦੇ ਸੀ ਕਾਸ਼ਤ। ਠੀਕ ਠੀਕ ਠੀਕ। ਔਰ ਕਰਵਾਉਂਦੇ ਸੀ। ਓਕੇ ਜੀ ਓਕੇ। ਇਹ ਨਹੀਂ 1000-2000 ਵਿਘਾ ਜ਼ਮੀਨ ਲੈ ਲਈ ਜੀ, ਉਹਦੀ ਕਾਸ਼ਤ ਕਰਵਾ ਦਿੱਤੀ। ਇਹ ਫਿਰ ਉੱਥੇ ਤੁਸੀਂ ਆਪਣੇ ਜ਼ਿਲ੍ਹੇ 'ਚ ਲੈਂਦੇ ਸੀ ਜ਼ਮੀਨ ਕਿ ਦੂਰ ਪਾਰ ਜ਼ਿਲ੍ਹਿਆਂ 'ਚ ਵੀ? ਬਾਹਰ ਵੀ ਲੈ ਲੈਂਦੇ ਸੀ, ਦੂਰ ਵੀ ਪਿੰਡ 'ਚ ਹੀ ਆਸੇ ਪਾਸੇ ਜਿੱਥੇ ਵੀ ਗੌਰਮੈਂਟ ਦੀ ਜ਼ਮੀਨ ਟੈਂਡਰ ਮਿਲਦੇ ਸੀ ਉੱਥੇ ਲੈ ਲੈਂਦੇ ਸੀ। ਠੀਕ ਹੈ। ਅੱਛਾ ਜੁਨੇਜਾ ਸਾਹਿਬ, ਇਹ ਕੰਮ ਸਾਡੇ ਦਾਦਾ ਹੀ ਕਰਦੇ ਸੀ। ਠੀਕ 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 ਠੀਕ। ਅੱਛਾ ਤੁਸੀਂ ਖੇਤੀ ਦੀ ਗੱਲ ਕਰੀ, ਕੋਈ ਯਾਦ ਹੈ ਉਸ ਵਕਤ ਕਿਹੜੀਆਂ ਕਿਹੜੀਆਂ ਫਸਲਾਂ ਜ਼ਿਆਦਾ ਰੁਝਾਨ 'ਚ ਸੀ? ਹਾਂ, ਜ਼ਿਆਦਾ ਫਸਲ ਉੱਥੇ ਗਿਓਂ। ਠੀਕ ਹੈ ਜੀ। ਮੱਕਾ? ਮੱਕਾ ਜੀ। ਔਰ ਗੰਨਾ? ਗੰਨਾ। ਇਹ ਫਸਲ ਮੇਨ ਸੀ, ਬਾਕੀ ਦਾਲਾਂ ਦੂਲਾਂ ਤਾਂ ਥੋੜ੍ਹੀਆਂ ਬਹੁਤ ਹਰ ਕੋਈ ਬੀਜ ਹੀ ਲੈਂਦਾ ਸੀ, ਮੇਨ ਫਸਲ ਉੱਥੋਂ ਦੀ ਕਣਕ ਸੀ। ਠੀਕ ਹੈ ਜੀ। ਅਤੇ ਪਾਣੀ ਨਹਿਰੀ ਲੱਗਦਾ ਸੀ ਕਿ? ਨਹਿਰੀ ਪਾਣੀ ਸੀ। ਠੀਕ ਹੈ ਜੀ। ਔਰ ਮੈਂ ਆਪ ਵੀ ਖੁਦ ਹੀ ਸ਼ਾਮ ਨੂੰ ਸਕੂਲੋਂ ਆ ਗਏ। ਠੀਕ ਹੈ ਜੀ। ਇੱਕ ਘੋੜੀ ਰੱਖੀ। ਠੀਕ ਹੈ ਜੀ। ਇੱਕ ਘੋੜੀ ਰੱਖੀ ਹੋਈ ਸੀ, ਘੋੜੀ 'ਤੇ ਜਾਂਦਾ ਸੀ ਖੇਤਾਂ 'ਚ। ਠੀਕ ਹੈ ਜੀ। ਔਰ ਸਵਾਲ ਠੀਕ ਠੀਕ ਠੀਕ। ਅਤੇ ਮਤਲਬ ਇੱਕ ਇਹ ਦੱਸੋ ਜੀ, ਜਿਹੜੀ ਤੁਹਾਡੀ ਉੱਥੇ ਜ਼ਮੀਨ ਸੀਗੀ, ਅਤੇ ਤੁਹਾਡਾ ਘਰ ਜ਼ਮੀਨ 'ਚ ਸੀ ਕਿ ਪਿੰਡ ਦੇ ਵਿੱਚ? ਪਿੰਡ ਹੀ ਸੀ। ਅੱਛਾ। ਅਤੇ ਕਿੰਨਾ ਕੁ ਵੱਡਾ ਕਿਸ ਤਰ੍ਹਾਂ ਦਾ ਘਰ ਸੀ ਤੁਹਾਡਾ? ਘਰ ਸਾਡਾ ਪੂਰਾ ਵੱਡਾ ਸੀ, 1 ਕਿੱਲੇ ਜ਼ਮੀਨ ਦੇ ਵਿੱਚ। ਠੀਕ ਹੈ ਜੀ। ਔਰ ਉਹਦੇ ਸਾਡਾ ਦਾਦਾ ਜੀ ਦੇ 6 ਬਰਾ ਸੀ, 6 ਦੇ 6 ਉਸੇ ਕਿੱਲੇ 'ਚ ਹੀ ਰਹਿੰਦੇ ਸੀ। ਠੀਕ ਹੈ ਜੀ। ਔਰ ਉਹਦੇ ਮੇਨ ਗੇਟ ਸੀ, ਔਰ ਬਾਹਰ 2 ਕੁੱਤੇ ਰਖਵਾਲੀ ਕਰਦੇ ਸੀ। ਠੀਕ ਠੀਕ ਠੀਕ। ਔਰ ਕਿਸੇ ਦੀ ਹਿੰਮਤ ਨਹੀਂ ਪੈਂਦੀ ਸੀ ਕਿ ਅੰਦਰ ਆ ਕੇ ਕਿਸੇ ਕਿਸਮ ਦੀ ਚੋਰ ਚਕਾਰੀ ਜਾਂ ਹਿੰਮਤ ਕਰ ਸਕੇ। ਠੀਕ ਠੀਕ ਠੀਕ। ਅਤੇ ਘਰ ਕੱਚਾ ਕਿ ਪੱਕਾ ਜੀ? ਘਰ ਉੱਥੇ ਸਾਰੇ ਵੀ ਕੱਚੇ ਹੀ ਹੁੰਦੇ ਸੀ। ਠੀਕ ਹੈ ਜੀ। ਹਾਂ, ਕੱਚੀ ਇੱਟਾਂ ਦੇ ਬਣਦੇ ਇੱਟਾਂ ਦੇ ਸੀ, ਲੇਕਿਨ ਇੱਟ ਕੱਚੀ ਹੁੰਦੀ ਸੀ। ਹਾਂਜੀ ਹਾਂਜੀ। ਬੱਠਿਆਂ ਦੀ ਪੱਕੀ ਇੱਟ ਗੱਟੀ ਸੀ। ਅਤੇ ਪਿੰਡ ਦੇ ਵਿੱਚ ਤੁਸੀਂ ਦੱਸਿਆ ਜਿਵੇਂ ਕਿ ਹਿੰਦੂ ਆਬਾਦੀ ਜ਼ਿਆਦਾ ਸੀ, ਕੋਈ ਮੰਦਰ ਕੋਈ ਗੁਰਦੁਆਰਾ ਹੈ ਸੀ ਪਿੰਡ ਦੇ ਵਿੱਚ? ਗੁਰਦੁਆਰਾ ਹੈ ਸੀ। ਠੀਕ ਹੈ ਜੀ। ਅਤੇ ਮਸਜਿਦ ਕੋਈ ਪਿੰਡ ਦੇ ਵਿੱਚ? ਠੀਕ ਹੈ ਜੀ। ਅਤੇ ਹੁਣ ਇਹ ਦੱਸੋ ਜੁਨੇਜਾ ਸਾਹਿਬ ਕਿ ਜਿਹੜੀ ਮੁਸਲਮਾਨ ਆਬਾਦੀ ਸੀ, ਜੇ ਆਪਾਂ ਵੰਡ ਤੋਂ ਪਹਿਲਾਂ ਦੀ ਗੱਲ ਕਰੀਏ, ਕਿਸ ਤਰ੍ਹਾਂ ਦਾ ਮੇਲ ਮਿਲਾਪ ਸੀ? ਕੋਈ ਨਫ਼ਰਤ ਕੋਈ ਨਹੀਂ? ਉੱਥੇ ਕੋਈ ਨਫ਼ਰਤ ਦੀ ਗੱਲ ਨਹੀਂ ਸੀ, ਬੜੇ ਪਿਆਰ ਨਾਲ ਰਹਿੰਦੇ ਸੀ, ਕਿਉਂਕਿ ਮਜ਼ਦੂਰ ਸੀ, ਡਿਪੈਂਡੈਂਟ ਸੀ ਸਾਰੇ ਦੋਵਾਂ ਦੇ। ਠੀਕ ਹੈ ਜੀ। ਉਹ ਕੋਈ ਸਿਰ ਨਹੀਂ ਚੁੱਕ ਸਕਦਾ ਸੀ। ਠੀਕ ਹੈ ਜੀ। ਮਤਲਬ ਕੋਈ ਮਜ਼ਹਬ ਦੇ ਨਾਂ 'ਤੇ ਕੋਈ ਇੱਕ ਦੂਜੇ ਨਾਲ ਵੈਰ ਵਿਰੋਧ ਨਹੀਂ ਸੀ? ਠੀਕ। ਫਿਰ ਤਾਂ ਤੁਸੀਂ ਕਿਸੇ ਮੁਸਲਮਾਨ ਗੁਆਂਢੀ ਦਾ ਜਾਂ ਕਿਸੇ ਬਜ਼ੁਰਗ ਦਾ ਕੋਈ ਪਿੰਡ 'ਚ ਇੱਕ ਦੋ ਦਾ ਨਾਂ ਯਾਦ ਹੋਵੇ ਤੁਹਾਨੂੰ? ਦੇਖੋ, ਮੈਨੂੰ ਨਾਂ ਯਾਦ ਨਹੀਂ ਆਉਂਦਾ, ਬਾਕੀ ਬਸ ਉਹ ਇੱਕ ਲੁਹਾਰ ਦੀ ਸ਼ਕਲ ਨਜ਼ਰ ਆਉਂਦੀ ਹੈ। ਠੀਕ ਹੈ ਜੀ। ਬਸ ਹੀ, ਹੋਰ ਕੋਈ ਨਾਂ ਯਾਦ ਨਹੀਂ ਆਉਂਦਾ। ਠੀਕ ਠੀਕ। ਚਲੋ ਕੋਈ ਗੱਲ ਨਹੀਂ ਜੀ। ਅਤੇ ਫਿਰ ਸਕੂਲ ਤੁਸੀਂ ਜਦੋਂ ਸ਼ੁਰੂ ਕੀਤਾ, ਅਤੇ ਕਿਹੜੇ ਸਕੂਲ ਦੇ ਵਿੱਚ ਤੁਸੀਂ ਪੜ੍ਹਨ ਜਾਂਦੇ? ਸਾਥੋਂ ਕੋਈ 1.5 ਮੀਲ 'ਤੇ, 2 ਕਿਲੋਮੀਟਰ ਦੇ ਲਗਭਗ ਇੱਕ ਪਿੰਡ ਸੀ ਮੀਰਨੇ ਵਾਲਾ। ਮੀਰਨੇ ਵਾਲਾ ਜੀ। ਹਾਂ, ਮੇਰਨੇ ਵਾਲਾ। ਔਰ ਰੋਡ ਦੇ ਉੱਤੇ ਹੀ ਬਣਿਆ ਸੀ ਮੱਡ ਰਜਵਾਣਾ। ਠੀਕ ਹੈ ਜੀ। ਮੱਡ ਰਜਵਾਣਾ ਸਕੂਲ ਸੀ। ਠੀਕ ਹੈ ਜੀ। ਨਾਲ ਹੀ ਮੇਰਨੇ ਵਾਲਾ ਪਿੰਡ ਪੈਂਦਾ ਸੀ। ਅਤੇ ਕਿੰਨੀ ਕਿੰਨੀ ਪੜ੍ਹਾਈ ਤੁਸੀਂ ਉੱਧਰ ਕੀਤੀ ਹੈ ਵੰਡ ਤੋਂ ਪਹਿਲਾਂ? ਮੈਂ ਉੱਥੇ 5ਵੀਂ ਪਾਸ ਕੀਤੀ ਸੀ, ਔਰ ਉੱਥੇ ਮੇਰਾ ਸਕੋਲਰਸ਼ਿਪ ਲੱਗਾ ਸੀ ਜਿਹੜਾ ਕਿ ਮੈਂ ਇੱਥੇ ਹਿੰਦੁਸਤਾਨ ਹੀ ਲਿਆ ਕੇ। ਠੀਕ ਠੀਕ ਠੀਕ। ਅਤੇ ਕੋਈ ਸਕੂਲ ਦੇ ਕੋਈ ਯਾਰ ਮਿੱਤਰਾਂ ਦੇ, ਕੋਈ ਮੁਸਲਮਾਨਾਂ ਦੇ ਨਾਮ, ਬੱਚਿਆਂ ਦੇ ਨਾਮ? ਨਹੀਂ, ਕੋਈ ਯਾਦ ਨਹੀਂ। ਕਿਸੇ ਟੀਚਰ, ਕਿਸੇ ਮਾਸਟਰ ਦਾ ਨਾਮ? ਨਹੀਂ, ਕੋਈ ਯਾਦ ਨਹੀਂ ਹੈ। ਠੀਕ ਹੈ। ਬੋਲੂ ਬਲ ਗਾ। ਠੀਕ ਹੈ ਜੀ। ਠੀਕ ਹੈ ਜੀ। ਅੱਛਾ, ਜਿਹੜੀ ਮਤਲਬ ਉਦੋਂ ਪੜ੍ਹਾਈ ਕਰਵਾਉਂਦੇ ਸੀ ਸਕੂਲ ਦੇ ਵਿੱਚ, ਹਾਂਜੀ, ਅਤੇ ਫਿਰ ਉੱਥੇ ਮਤਲਬ ਸ਼ਾਹਮੁਖੀ ਉਰਦੂ?
ਹਾਂ ਉਰਦੂ ਸੀ, ਮੁਸਲਮਾਨ ਹੀ ਟੀਚਰ ਸੀ, ਲਗਭਗ ਹਿੰਦੂ ਬਹੁਤ ਘੱਟ ਟੀਚਰ ਹੁੰਦੇ ਸੀ, ਠੀਕ ਹੈ ਜੀ, ਲੇਕਿਨ ਮੁਸਲਮਾਨ ਟੀਚਰ ਜ਼ਿਆਦਾ ਹੁੰਦੇ ਸੀ, ਠੀਕ ਠੀਕ, ਇਹਦਾ ਮਤਲਬ ਫਿਰ ਤਾਂ ਤੁਸੀਂ ਪੰਜਵੀਂ ਉਰਦੂ ਨਾਲ ਪਾਸ ਹੋ ਜੀ? ਹਾਂ ਉਰਦੂ ਵੀ ਪਾਸ ਕੀਤੀ ਸੀ ਮੈਂ, ਠੀਕ ਠੀਕ ਠੀਕ, ਉਰਦੂ ਵੀ ਸੀ ਨਾਲ ਫਾਰਸੀ ਵੀ ਚੱਲਦੀ ਸੀ ਇਹਦੇ, ਠੀਕ। ਅੱਛਾ ਜਨੇਜਾ ਸਾਹਿਬ ਇਹ ਦੱਸੋ ਜੀ, ਮਤਲਬ ਤੁਹਾਡੇ ਮਤਲਬ ਵਧੀਆ ਕੰਮ ਕਾਰ ਚੱਲ ਰਿਹਾ ਸੀਗਾ, ਬੜਾ ਪਿਆਰ ਮੁਹੱਬਤ ਸੀ, ਸਕੂਲ ਤੁਸੀਂ ਜਾਂਦੇ ਸੀ ਇਕੱਠੇ, ਉਹਨਾਂ ਬੱਚਿਆਂ ਨਾਲ ਪੜ੍ਹਨਾ ਖੇਡਣਾ, ਫਿਰ ਉਹ ਵਕਤ ਕਦੋਂ ਆਇਆ ਜਦੋਂ ਤੁਹਾਨੂੰ ਇਹ ਲੱਗਣ ਲੱਗਿਆ ਕਿ ਮੌਸਮ ਜਾਂ ਹਾਲਾਤ ਕੁਛ ਬਦਲ ਰਹੇ ਨੇ, ਮਹਿਸੂਸ ਕਦੋਂ ਤੋਂ ਹੋਣਾ ਸ਼ੁਰੂ ਹੋ ਗਿਆ? ਇਹ 47 ਦੇ ਵਿੱਚ ਹੀ ਮਤਲਬ ਇਹ ਫੀਲਿੰਗ ਆ ਗਈ ਸੀ ਉੱਥੇ, ਠੀਕ ਹੈ, 47 ਤੋਂ ਪਹਿਲੇ ਬਲਕਿ, ਠੀਕ ਹੈ ਜੀ, ਤਾਂ ਉੱਥੇ ਇੱਕ ਸ਼ਾਖਾ ਲੱਗਦੀ ਸੀ ਰਾਸ਼ਟਰੀ ਸਵਿਮ ਸੇਵਕ ਸੰਘ ਦੇ ਨਾਂ 'ਤੇ, ਠੀਕ ਹੈ, RSS, RSS ਦੀ, ਠੀਕ ਹੈ ਜੀ, ਉਹ ਉੱਥੇ ਟ੍ਰੇਨਿੰਗ ਦਿੰਦੇ ਸੀ ਸਾਨੂੰ, ਠੀਕ ਹੈ ਜੀ, ਸਾਨੂੰ ਫਿਰ ਉਹ ਲਾਠੀ ਚਲਾਉਣਾ, ਠੀਕ ਹੈ ਜੀ, ਆਪਣੇ ਡਿਫੈਂਸ ਵਾਸਤੇ, ਮਤਲਬ ਸੈਲਫ ਪ੍ਰੋਟੈਕਸ਼ਨ ਵਾਸਤੇ, ਜੀ ਹਾਂ ਜੀ, ਔਰ ਗੁਲੇਲ, ਠੀਕ ਹੈ ਜੀ, ਉਹਦੇ 'ਚ ਗੋਲੀਆਂ ਤਿਆਰ ਕਰਨਾ, ਠੀਕ ਹੈ ਜੀ, ਗੋਲੀ ਨੂੰ ਅੱਗ 'ਚ ਪਕਾਉਣਾ, ਉਹਦੇ 'ਚ ਮਾਈਕ੍ਰੋਫੋਨ ਦੀਆਂ, ਠੀਕ ਹੈ ਜੀ, ਸੂਈਆਂ ਚਬਾਉਣਾ, ਠੀਕ ਹੈ ਜੀ, ਮਤਲਬ ਉਹ ਗੋਲੀਆਂ ਇੱਕ ਗੋਲੀ ਦਾ ਕੰਮ ਕਰਦੀਆਂ ਸੀ, ਠੀਕ ਹੈ ਜੀ, ਉਹ ਜੈਨੂਈ ਲੱਗਦੀ ਸੀ, ਬਸ ਉਹ ਉੱਠ ਨਹੀਂ ਸਕਦਾ ਸੀ, ਠੀਕ ਹੈ ਜੀ, ਘਾਇਲ ਹੋ ਜਾਂਦਾ ਸੀ, ਠੀਕ ਹੈ, ਮਤਲਬ ਇਹ ਮਤਲਬ ਜਦੋਂ ਹਾਲਾਤ ਵਿਗੜਨੇ ਦੇ ਉਦੋਂ ਫਿਰ, ਅੱਛਾ, ਅਤੇ ਫਿਰ ਕਦੋਂ ਪਤਾ ਲੱਗਿਆ ਕਿ ਜਿਹੜਾ ਮੁਲਕ ਆ ਉਹ ਤਕਸੀਮ ਹੋ ਚੁੱਕਿਆ? ਇਹ ਤਕਰੀਬਨ ਦਸੰਬਰ ਦੀ ਗੱਲ ਸੀ, ਠੀਕ ਹੈ ਜੀ, ਨਵੰਬਰ ਦਸੰਬਰ ਵਿੱਚ ਮਤਲਬ ਅਫਵਾਹ ਹੋ ਗਈ, ਠੀਕ ਹੈ ਜੀ, ਅਨਾਊਂਸਮੈਂਟ ਹੋ ਗਈ, ਜਨਵਰੀ ਜਿਹੜਾ ਲੋਕ ਆਪਣਾ ਤਿਆਰੀਆਂ 'ਚ ਲੱਗ ਗਏ, ਠੀਕ ਹੈ ਜੀ, ਅਸੀਂ ਵੀ ਮਤਲਬ 15 ਅਗਸਤ ਵਗੈਰਾ ਜਨਵਰੀ 'ਚ ਨਿਕਲ ਆਏ ਸੀ, ਠੀਕ ਹੈ ਜੀ, ਵੀ ਮੁਲਕ ਹੈ ਜਿਹੜਾ ਉਹ ਤਕਸੀਮ ਹੋਣ ਜਾ ਰਿਹਾ। ਹਾਂਜੀ, ਘਰ ਦੇ ਵਿੱਚ ਤੁਸੀਂ ਮਹਿਸੂਸ ਕਰਦੇ ਹੋਵੋਗੇ ਕੋਈ ਮਾਹੌਲ 'ਚ ਫਰਕ ਪਿਆ ਕੁਛ? ਮਤਲਬ ਹੁੰਦਾ ਨਾ ਕਿ ਆਪਣੇ ਮਾਤਾ ਪਿਤਾ ਦਾ ਆਪਾਂ ਮਹਿਸੂਸ ਕਰਦੇ, ਉਦੋਂ ਵਰਤਾਰਾ ਉਹਨਾਂ ਦਾ ਇੱਕ ਜਿਹੜਾ ਇਮੋਸ਼ਨਸ ਹੁੰਦੇ ਆ ਉਹ ਬਦਲਣੇ ਸ਼ੁਰੂ ਹੋ ਜਾਂਦੇ ਆ? ਨਹੀਂ ਨਹੀਂ, ਕੋਈ ਐਸੀ ਗੱਲ ਨਹੀਂ ਸੀ, ਬਲਕਿ ਸਾਡੇ ਨਾਲ ਸੀ ਪੈਂਦਾ ਅਹਿਮਦਪੁਰ ਸਿਆਲ, ਠੀਕ ਹੈ ਜੀ, ਪਹਿਲੇ ਉੱਥੇ ਹੀ ਸ਼ਰਾਰਤ ਹੋਈ ਸੀ, ਠੀਕ ਹੈ ਜੀ, ਮੁਸਲਮਾਨਾਂ ਨੇ ਅਟੈਕ ਕਰ ਦਿੱਤਾ ਸੀ ਉੱਥੇ, ਠੀਕ ਹੈ ਜੀ, ਔਰ ਉੱਥੇ ਔਰਤਾਂ ਨੇ ਜਿਹੜਾ ਇੱਕ ਸਤੀ ਹੋ ਗਈਆਂ ਸੀ ਕੂਏ ਛਲਾਂਗ ਮਾਰ ਕੇ। ਅੱਛਾ ਜੀ, ਠੀਕ ਹੈ, ਅੱਛਾ, ਅਤੇ ਫਿਰ ਮਤਲਬ ਤਿਆਰੀ ਤੁਸੀਂ ਕਦੋਂ ਤਿਆਰੀ ਸ਼ੁਰੂ ਕੀਤੀ, ਸਮਾਨ ਕਦੋਂ ਲੱਦਣਾ ਸ਼ੁਰੂ ਕਰ ਦਿੱਤਾ? ਇੱਥੋਂ ਟਰੱਕ ਗਏ ਸੀ, ਠੀਕ ਹੈ ਜੀ, ਉਹ ਟਰੱਕ ਹੀ ਸਾਨੂੰ ਦੁੱਧ ਲੈ ਕੇ ਮੇਰੇ ਨਾਲ ਪੈਂਦਾ ਸੀ, ਮੇਰੇ ਨਾਲ ਜਿੱਥੇ ਮੈਂ ਪੜ੍ਹਦਾ ਸੀ, ਠੀਕ ਹੈ ਜੀ, ਉੱਥੇ ਲੈ ਕੇ ਕੈਂਪ ਲੱਗਦਾ ਸੀ, ਠੀਕ ਹੈ ਜੀ, ਉੱਥੇ ਮਤਲਬ ਹਫ਼ਤਾ 15 ਦਿਨ ਜਿਹੜਾ ਉੱਥੇ ਵੀ ਸਾਨੂੰ ਮਤਲਬ ਪਿੰਡ ਦੇ ਜਿਹੜੇ ਮੁਸਲਮਾਨ ਸੀ ਨਾ, ਠੀਕ ਹੈ ਜੀ, ਉਹ ਰਸਦ ਖਾਣਾ ਦੇ ਜਾਂਦੇ ਸੀ ਜਿਹੜੇ ਤੁਹਾਡੇ ਪਿੰਡ ਦੇ ਸੀ? ਹਾਂ, ਕਿਆ ਬਾਤ ਹੈ ਜੀ, ਬਹੁਤ ਵੱਡੀ ਗੱਲ, ਜਿਹੜਾ ਸਾਡਾ ਮਕਸਦ ਹੁੰਦਾ ਅਮਨ ਸ਼ਾਂਤੀ, ਉਹੀ ਗੱਲ ਇੱਥੇ ਨਿਕਲ ਕੇ ਆਈ ਹੈ ਕਿ ਜਿਹੜੇ ਪਿੰਡ ਦੇ ਮੁਸਲਮਾਨ ਸੀ, ਬੇਸ਼ੱਕ ਮੁਲਕ ਵੰਡਿਆ ਗਿਆ ਸੀ ਮਜ਼ਹਬ ਦੇ ਨਾਂ 'ਤੇ, ਪਰ ਪਿਆਰ ਹੈ ਜਿਹੜਾ ਦਿਲਾਂ ਦੇ ਵਿੱਚ ਉਵੇਂ ਬਰਕਰਾਰ ਸੀ। ਅੱਛਾ, ਜਦੋਂ ਜੁਨੇਜਾ ਸਾਹਿਬ ਪਿੰਡੋਂ ਚੱਲੇ ਹੋ ਅਤੇ ਉਹ ਮੁਸਲਮਾਨ ਅੱਗੇ ਵੀ ਆਏ ਹੋਣੇ ਕਿ ਤੁਸੀਂ ਨਾ ਜਾਓ, ਅਸੀਂ ਹੈਗੇ ਹਾਂ, ਤੁਹਾਨੂੰ ਕੁਛ ਨਹੀਂ ਹੋਣ ਦੇਣਾ? ਕੋਈ ਨਹੀਂ ਹੈ, ਠੀਕ ਹੈ ਜੀ, ਅਤੇ ਉਹ ਜਦ ਫਿਰ ਤੁਸੀਂ ਉੱਥੋਂ ਤੁਰੇ ਹੈ ਅਤੇ ਉਹਨਾਂ ਨੇ ਬੜੇ ਅੱਛੇ ਢੰਗ ਨਾਲ ਵਿਦਾ ਕੀਤਾ ਕਿ ਕਿਸੇ ਪ੍ਰਕਾਰ ਦਾ ਕੋਈ ਸੀਗਾ? ਨਹੀਂ, ਉਹ ਸਾਰੇ ਰਾਤੋਂ ਰਾਤੀ ਨਿਕਲੇ ਸੀ, ਠੀਕ ਹੈ ਜੀ, ਆਪਣੀ ਅਸੀਂ ਸਾਰਾ ਮਤਲਬ ਤਿਆਰੀ ਪਹਿਲੇ ਪਿੰਡ ਦੀ ਕਰਵਾ ਦਿੱਤੀ ਸੀ, ਠੀਕ ਹੈ ਜੀ, ਹਰ ਇੱਕ ਨੇ ਆਪਣਾ ਖਾਣਾ ਪਾਉਣਾ, ਅਸੀਂ ਜਿਸ ਤਰ੍ਹਾਂ ਘਿਓ ਪਿਆ ਸੀ ਸਾਡੇ ਕੋਲੋਂ, ਰਾਸ਼ਨ ਪਿਆ ਸੀ, ਸਭ ਵੰਡ ਦਿੱਤਾ ਪਿੰਡ 'ਚ, ਠੀਕ ਹੈ ਜੀ, ਹਰ ਇੱਕ ਨੇ ਮਿਠਾਈ ਵਗੈਰਾ ਲੈਟਰ ਬਟਰ ਜੋ ਬਣਾਉਣੀ ਸੀ, ਯਾਨੀ 15-20 ਦਿਨ ਮਹੀਨਾ ਦੀ ਤਿਆਰ ਕਰ ਲਈ, ਠੀਕ ਹੈ ਜੀ, ਡੱਬੇ ਭਰ ਲਏ ਉਹ ਲੈ ਲੈ, ਠੀਕ ਹੈ ਜੀ, ਉੱਥੇ ਮਹੀਨੇ ਵਾਲੇ ਆ ਗਏ, ਠੀਕ ਹੈ, ਫਿਰ ਜਦੋਂ ਕਿਹੜੇ ਕੈਂਪ 'ਚ ਆਏ ਤੁਸੀਂ? ਟਰੱਕ ਵਾਲਾ ਕੈਂਪ ਸੀ, ਠੀਕ ਹੈ ਜੀ, ਉੱਥੇ ਅਸੀਂ 15-20 ਦਿਨ, ਠੀਕ ਹੈ ਜੀ, ਉਸ ਤੋਂ ਬਾਅਦ ਫਿਰ ਟਰੱਕ ਸਾਨੂੰ ਲੈ ਕੇ ਆਇਆ ਤਹਿਸੀਲ ਸ਼ੋਰਕੋਟ, ਸ਼ੋਰਕੋਟ ਜੀ, ਹਾਂ, ਉੱਥੇ ਮਤਲਬ ਕਿ ਈਦ ਦਾ ਟਾਈਮ ਆਇਆ ਸੀ ਜਿੱਥੇ ਕਿ ਸਾਨੂੰ ਪਤਾ ਲੱਗਾ ਕਿ ਅਸੀਂ ਥੋੜ੍ਹਾ ਜਿਹਾ ਅਨਸੇਫ ਹਾਂ, ਠੀਕ ਹੈ ਜੀ, ਔਰ ਲੇਕਿਨ ਮਿਲਟਰੀ ਨੇ ਕੰਟਰੋਲ ਕੀਤਾ ਹੋਇਆ ਸੀ, ਠੀਕ ਹੈ ਜੀ, ਕੋਈ ਗੱਲ ਨਹੀਂ, ਜਿਹੜੀ ਤੁਹਾਡੇ ਨਾਲ ਮਿਲਟਰੀ ਸੀ ਉਹ ਦੱਸ ਸਕਦੇ ਹੋ ਕਿਹੜੀ ਮਿਲਟਰੀ ਸੀ, ਪੰਜਾਬੀ ਸੀ ਜਾਂ ਮਰਾਠੀ? ਗੋਰਖਾ। ਅੱਛਾ, ਗੋਰਖਾ, ਠੀਕ ਹੈ ਜੀ, ਅਤੇ ਫਿਰ ਉਸ ਮਿਲ ਤੋਂ ਅੱਗੇ ਫਿਰ ਉਹ ਅੱਗੇ ਦਾ ਕੀ ਸਫ਼ਰ ਹੋਇਆ ਜੀ? ਅਸੀਂ ਉਸ ਮੇਲੇ 'ਚ ਰੁਕੇ ਸੀ 1 ਮਿੰਟ, ਠੀਕ ਹੈ ਜੀ, ਕਸ਼ਮੀਰੀ ਡਾਲਦੀ ਸੀ ਮੇਲ ਉਹ। ਅੱਛਾ, 1 ਮਹੀਨਾ ਜੀ? 1 ਮਹੀਨਾ, ਠੀਕ ਹੈ ਜੀ, ਉੱਥੋਂ ਫਿਰ ਟਰੱਕ ਆਏ, ਠੀਕ ਹੈ ਜੀ, ਟਰੱਕਾਂ 'ਤੇ ਅਸੀਂ ਆਏ ਲਾਹੌਰ ਤੋਂ ਪਹਿਲੇ ਦਿਨ ਛਿਪ ਗਿਆ ਸੀ, ਠੀਕ ਹੈ ਜੀ, ਦਿਨ ਛਿਪੇ ਤੋਂ ਬਾਅਦ ਮਤਲਬ
ਸਫ਼ਰ ਨਹੀਂ ਹੁੰਦਾ ਸੀ। ਠੀਕ ਹੈ ਜੀ। ਉੱਥੇ ਲਾਹੌਰ ਤੋਂ ਪਹਿਲੇ ਹੀ ਇੱਕ ਨਦੀ ਸੀ, ਨਦੀ ਦੇ ਨਾਲ ਹੀ ਮਤਲਬ ਕੈਂਪ ਲਾ ਦਿੱਤਾ। ਠੀਕ ਹੈ ਜੀ। ਉਤਰ ਗਏ ਸਾਰੇ, ਰਾਤ ਨੂੰ ਸੌ ਗਏ। ਇਤਨੇ ਸਾ ਨਾਲੇ ਕੋ ਕਪਾਹ ਦਾ ਖੇਤ ਸੀ, ਉੱਥੇ ਸ਼ੁਰੂ ਹੋ ਗਈ ਫਾਇਰਿੰਗ। ਅੱਛਾ ਜੀ। ਅਤੇ ਉਹਦਾ ਬ੍ਰਿਗੇਡੀਅਰ ਸੀ ਸਾਡੇ ਨਾਲ, ਉਹਦਾ ਭਰਾ ਮਰ ਗਿਆ। ਠੀਕ ਹੈ ਜੀ। ਸਾਡੇ ਸਾਰੇ ਚੁੱਲ੍ਹੇ ਵਗੈਰਾ ਬੰਦ ਕਰਵਾ ਦਿੱਤੇ, ਉਹਨੇ ਗਨ ਚਲਵਾ ਦਿੱਤੀ। ਠੀਕ ਹੈ ਜੀ। ਔਰ ਉਹ ਬਚ ਗਏ। ਠੀਕ ਹੈ ਜੀ। ਸਵੇਰੇ ਫਿਰ ਟਰੱਕ ਲੈ ਕੇ ਅਸੀਂ ਨਿਕਲੇ ਲਾਹੌਰ 'ਚੋਂ। ਠੀਕ ਹੈ ਜੀ। ਅਤੇ ਅਸੀਂ ਮਤਲਬ ਕਿਉਂਕਿ ਜ਼ਿਆਦਾ ਕਿ ਸਕੇ 'ਚ, ਇੱਕ ਆਦਮੀ ਦੀ ਬਾਜ਼ੂ ਬਾਹਰ ਨਿਕਲੀ ਹੋਈ ਸੀ ਟਰੱਕ ਤੋਂ। ਅੱਛਾ ਜੀ। ਸਾਹਮਣੇ ਤੋਂ ਆਉਂਦਾ ਹੋਇਆ ਟਰੱਕ ਜਿਹੜਾ, ਉਹਦੀ ਬਾਜ਼ੂ ਨਾਲ ਬਿਠਾ ਕੇ ਤੋਂ ਬਾਜ਼ੂ ਘੁੱਟ ਗਿਆ। ਠੀਕ ਹੈ ਜੀ। ਪਿੱਛੇ ਫੋਨ ਹੋ ਗਿਆ। ਠੀਕ ਹੈ ਜੀ। ਉਹਨਾਂ ਨੇ ਉਹ ਟਰੱਕ ਰੁਕਵਾ ਦਿੱਤਾ। ਠੀਕ ਹੈ ਜੀ। ਰੁਕਵਾ ਕੇ ਅਤੇ ਸ਼ੋਟ ਕਰ ਦਿੱਤਾ, ਉਹਨੂੰ ਮਾਰ ਦਿੱਤਾ। ਡਰਾਈਵਰ ਵੀ ਦੇ ਵਿੱਚ ਬੈਠਾ ਸੀ, ਕੰਡਕਟਰ ਵਗੈਰਾ ਜਿਹੜਾ ਵੀ ਸੀ। ਅੱਛਾ, ਗੋਰਖਾ ਆਰਮੀ ਨੇ। ਹਾਂ। ਠੀਕ ਹੈ ਜੀ। ਫਿਰ ਪੁੱਛਦੇ। ਠੀਕ ਹੈ ਜੀ। ਫਿਰ ਇਹ ਅੰਮ੍ਰਿਤਸਰ ਆ ਗਏ। ਠੀਕ ਹੈ ਜੀ। ਉੱਥੇ ਤੋਂ ਛੋਲੇ ਅਤੇ ਗੁੜ ਮਿਲਿਆ। ਠੀਕ ਹੈ ਜੀ। ਉਹ ਖਾਧਾ, ਫਿਰ ਅਸੀਂ ਕੁਰਖੇਸ਼ਤਰ ਆਏ। ਠੀਕ ਹੈ ਜੀ। ਉੱਥੇ ਮਤਲਬ ਕੁਛ ਦਿਨ ਰੁਕੇ। ਠੀਕ ਹੈ ਜੀ। ਫਿਰ ਉਸ ਤੋਂ ਬਾਅਦ ਸਾਨੂੰ ਰੋਹਤਕ ਕੈਂਪ ਪਹੁੰਚਾ ਕੇ ਡੇਰਾ ਲੱਗਾ, ਕਿਉਂਕਿ ਪਤਾ ਲੱਗਾ ਜ਼ਮੀਨ ਦਾ ਉੱਥੇ ਅਲਾਟ ਹੋ ਗਿਆ। ਠੀਕ ਹੈ। ਅੱਛਾ, ਜਦੋਂ ਤੁਸੀਂ ਹਿੰਦੁਸਤਾਨ ਆਏ, ਕੋਈ ਯਾਦ ਹੈ ਪਹਿਲਾ ਪਿੰਡ ਉਸ ਵਕਤ ਹਿੰਦੁਸਤਾਨ ਦੀ ਹੱਦ 'ਤੇ ਕਿਹੜਾ ਸੀਗਾ ਜਦੋਂ ਤੁਸੀਂ ਹਿੰਦੁਸਤਾਨ ਦੀ, ਨਵੇਂ ਬਣੇ ਹਿੰਦੁਸਤਾਨ ਦੀ ਹੱਦ 'ਚ ਆਏ? ਅਟਾਰੀ ਪਿੰਡ ਸੀ। ਅੱਛਾ, ਅਟਾਰੀ, ਜਿੱਥੇ ਹੁਣ ਬਾਰਡਰ ਹੈ। ਅਤੇ ਫਿਰ ਮਿਲਟਰੀ ਨੇ ਦੱਸਿਆ ਤੁਹਾਨੂੰ ਕਿ ਹੁਣ ਤੁਸੀਂ ਨਵੇਂ ਬਣੇ ਹਿੰਦੁਸਤਾਨ? ਉੱਥੇ ਨਹੀਂ, ਮਤਲਬ ਸਾਨੂੰ ਗੁੜ 'ਤੇ ਚਨੇ ਮਿਲ ਗਏ ਸੀ। ਠੀਕ ਹੈ ਜੀ। ਠੀਕ ਠੀਕ ਠੀਕ। ਅੱਛਾ, ਮਤਲਬ ਹੁਣ ਜਿਹੜਾ ਉਹ ਪਿਛਲੇ ਤੁਹਾਡੇ ਪਿੰਡ ਸੀ ਉਹ ਪਾਕਿਸਤਾਨ 'ਚ ਰਹਿ ਗਏ ਸੀ, ਅਤੇ ਤੁਸੀਂ ਹੁਣ ਨਵੇਂ ਬਣੇ ਹਿੰਦੁਸਤਾਨ 'ਚ ਆ ਗਏ? ਠੀਕ ਹੈ ਜੀ। ਅੱਛਾ, ਫਿਰ ਜਿਹੜੀ ਅਲਾਟਮੈਂਟ ਆ ਜੀ, ਅਲਾਟਮੈਂਟ ਸਾਡੀ ਇੱਥੇ ਰੋਹਤਕ ਵਿੱਚ ਹੀ ਹੋਈ ਸੀ। ਪਹਿਲੇ ਪਿੰਡ ਸੀ ਇੱਕ ਕੈਲਪਾ। ਠੀਕ ਹੈ ਜੀ। ਉਹ ਬਿਲਕੁਲ ਖਾਲੀ ਹੋ ਗਿਆ ਸੀ, ਜਿਵੇਂ ਅਸੀਂ ਖਾਲੀ ਕਰ ਗਿਆ। ਉਹ ਇਹ ਸਾਰੇ ਮੁਸਲਮਾਨ ਇਸ ਪਿੰਡ 'ਚ ਚਲੇ ਗਏ ਸੀ, ਅਲਾਟੀ ਜਿੱਤਰੀ ਸੀ, ਜਿੱਤਰੇ ਜ਼ਿਮੀਂਦਾਰ ਸੀ। ਠੀਕ ਹੈ ਜੀ। ਉਹ ਜ਼ਮੀਨਾਂ ਸਾਨੂੰ ਇੱਥੇ ਮਿਲ ਗਈਆਂ। ਠੀਕ ਹੈ ਜੀ। ਅਸੀਂ ਇੱਥੇ ਆ ਕੇ ਰਹਿ ਗਏ। ਇੱਕ ਸਾਡੇ ਫਾਦਰ ਜਿਹੜੇ ਨੇ ਉਹ ਰਹਿ ਗਏ ਰੋਹਤਕ ਜੀ, ਉਹਨਾਂ ਨੇ ਆਪਣਾ ਬਿਜ਼ਨਸ ਸ਼ੁਰੂ ਕੀਤਾ ਹੋਇਆ ਸੀ। ਠੀਕ ਹੈ ਜੀ। ਅਤੇ ਦਾਦਾ ਜੀ ਨੇ ਉੱਥੋਂ ਜਿਹੜਾ ਐਗਰੀਕਲਚਰ ਸੰਭਾਲ ਲਿਆ, ਕਿਉਂਕਿ ਪਹਿਲੇ ਲੱਗਦੀ ਨੇਚਰ ਬੜੀ ਹੋਈ ਸੀ ਇਸੇ ਕਿਸਮ ਦੀ। ਠੀਕ ਠੀਕ। ਅੱਛਾ, ਅਲਾਟਮੈਂਟ ਪੂਰੀ ਹੋਈ ਕਿ ਘੱਟ ਹੋਈ ਜੀ? ਅਲਾਟਮੈਂਟ ਪੂਰੀ ਹੋਈ। ਠੀਕ ਹੈ ਜੀ। ਲੇਕਿਨ ਇਹ ਕੱਚੀ ਅਲਾਟਮੈਂਟ ਸੀ, ਪੱਕੀ ਫਿਰ ਸਾਨੂੰ ਹਿਸਾਬ ਰਹੀ ਸੀ। ਠੀਕ 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 ਹੈ ਜੀ। ਅੱਛਾ, ਤੁਸੀਂ ਲਾਹੌਰ ਦਾ ਜ਼ਿਕਰ ਕੀਤਾ ਕਿ ਤੁਸੀਂ ਟਰੱਕ 'ਤੇ ਲਾਹੌਰ ਆਏ, ਵੰਡ ਹੋਣ ਤੋਂ ਪਹਿਲਾਂ ਕਦੇ ਲਾਹੌਰ, ਕਸੂਰ ਕੋਈ ਵੱਡਾ ਸ਼ਹਿਰ ਦੇਖਿਆ ਤੁਸੀਂ? ਲੈਲਪੁਰ। ਅੱਛਾ, ਲੈਲਪੁਰ ਗਏ ਹੋ? ਹਾਂਜੀ ਹਾਂਜੀ। ਠੀਕ ਠੀਕ ਠੀਕ। ਮਤਲਬ ਛੋਟੇ ਹੁੰਦੇ ਉੱਥੇ ਘੁੰਮਦੇ ਰਹੇ ਹੋ? ਮੈਂ ਉੱਥੇ ਦੋ ਦੋ ਮਹੀਨੇ ਲਾ ਕੇ ਆਉਂਦਾ ਸੀ, ਸਾਡੇ ਫਾਦਰ ਦੇ ਸਾਲ ਆਈ ਉੱਥੇ। ਠੀਕ ਹੈ ਜੀ। ਅਤੇ ਸਾਡੇ ਫਾਦਰ ਦੇ ਸਾਲ, ਦਾਦਾ ਜੀ ਇੱਥੇ ਲੈਲਪੁਰ ਪੜ੍ਹਦੇ ਹੋਏ ਸੀ। ਠੀਕ ਹੈ ਜੀ। ਹਾਂ, ਮਾਮੇ ਸੀ। ਠੀਕ ਹੈ ਜੀ। ਪਿਤਾ ਇਹਦੇ ਮਾਮੇ ਰਹਿੰਦੇ ਸੀ। ਠੀਕ ਠੀਕ ਠੀਕ। ਮੈਂ ਉਹਨਾਂ ਕੋਲ ਆ ਕੇ ਰਹਿੰਦਾ ਸੀ ਦੋ ਦੋ ਮਹੀਨੇ ਛੁੱਟੀਆਂ 'ਚ। ਠੀਕ ਹੈ ਜੀ। ਅਤੇ ਉੱਥੋਂ ਦੇ ਕੋਈ ਨੇੜੇ ਤੇੜੇ ਦੇ ਕੋਈ ਦੋ ਚਾਰ ਪਿੰਡਾਂ ਦਾ ਨਾਮ ਯਾਦ ਹੈ? ਲੈਲਪੁਰ ਪਿੰਡਾਂ 'ਚ ਗਏ ਨਹੀਂ ਮੈਂ। ਅੱਛਾ ਜੀ। ਅੱਛਾ, ਉੱਥੇ ਹੀ ਰਹਿੰਦਾ ਸੀ, ਉਹ ਘੰਟਾ ਘਰ ਦੇਖਦੇ ਸੀ, ਇੱਕ ਘੰਟਾ ਤੱਕ ਘਰ ਤੋਂ ਕਰਦਾ ਹੀ, ਬਸ ਇੱਥੇ ਹੀ ਰਹਿੰਦੇ ਸੀ। ਠੀਕ, ਲੈਲਪੁਰ ਦਾ ਘੰਟਾ ਘਰ। ਹਾਂ ਹਾਂ। ਠੀਕ ਹੈ ਜੀ। ਅਤੇ ਇੱਕ ਮੈਨੂੰ ਇਹ ਦੱਸੋ, ਫਿਰ ਜਦੋਂ ਤੁਸੀਂ ਹਿੰਦੁਸਤਾਨ ਆਏ, ਫਿਰ ਇੱਥੇ ਬਾਦਸਤੂਰ ਜਿਹੜੀ ਆਪਣੀ ਪੜ੍ਹਾਈ ਸੀ, ਤਾਲੀਮ ਸੀ, ਉਹ ਫਿਰ ਛੇਵੀਂ ਤੋਂ ਸ਼ੁਰੂ ਕੀਤੀ ਜੀ? ਛੇਵੀਂ ਤੋਂ। ਠੀਕ ਹੈ ਜੀ। ਅਤੇ ਫਿਰ ਕਿੰਨਾ ਤੁਸੀਂ ਇੱਥੇ ਕਿੰਨੀ ਤਾਲੀਮ ਹਾਸਿਲ ਕੀਤੀ? ਮੈਂ ਅਜੇ 8ਵੀਂ 'ਚ ਸੀ ਕਿ ਫਾਦਰ ਡੈਥ ਹੋ ਗਈ। ਠੀਕ ਹੈ ਜੀ। ਫੈਮਿਲੀ ਥੋੜ੍ਹੀ ਜਿਹੀ ਵੱਡੀ ਸੀ, ਤਿੰਨ ਭੈਣਾਂ ਸੀ। ਠੀਕ ਹੈ ਜੀ। ਦੋ ਵਿਰਾਸ ਸੀ, ਮਦਰ ਹੋ ਗਈ, ਫਿਰ ਗ੍ਰੈਂਡ ਫਾਦਰ ਸੀ। ਠੀਕ ਹੈ ਜੀ। ਇਹਦੇ 'ਚ ਸਭ ਤੋਂ ਵੱਡਾ ਮੈਂ ਸੀ। ਠੀਕ ਹੈ ਜੀ। ਹੋਰ ਗੁਆਂਢੀ ਹੈਂਡ ਨਹੀਂ ਸੀ, ਇਹਨਾਂ ਦੀ ਦੇਖ ਰੇਖ 'ਚ ਮੈਂ ਜ਼ਿਆਦਾ ਨਹੀਂ ਪੜ੍ਹ ਸਕਿਆ। ਠੀਕ ਹੈ ਜੀ। ਮੈਂ 10ਵੀਂ ਹੀ ਕੀਤੀ ਸਿਰਫ। ਠੀਕ ਹੈ ਜੀ। ਕਿਉਂਕਿ 8ਵੀਂ ਸੀ, ਫਾਦਰ ਦੀ ਡੈਥ ਹੋਈ ਸੀ ਜੀ, ਇੰਗਲੈਂਡ ਦੇ ਸੀ ਜੀ। ਔਰ ਤਦੋਂ ਬਲਕਿ ਮੈਂ ਸਕੂਲ ਵੀ ਘੱਟ ਹੀ ਗਿਆ, ਐਂਡ ਮਾਸਟਰ ਮੇਰਾ ਬੜਾ ਫੇਵਰ ਹੀ ਸੀ, ਕਿਉਂਕਿ ਸਕੂਲ ਵਿੱਚ ਬੜਾ ਟੈਲੈਂਟਡ ਆ। ਠੀਕ ਹੈ ਜੀ। ਠੀਕ ਹੈ। ਔਰ ਨਾ ਯਾਦ ਹੋਇਆ ਵੀ ਦੋ ਮਹੀਨੇ ਦਸੰਬਰ ਡੈਥ ਹੋਈ ਸੀ, ਫਰਵਰੀ 'ਚ ਤਿਆਰ ਸੀ। ਠੀਕ ਹੈ ਜੀ। ਔਰ ਮੈਂ ਕਲਾਸ 'ਚ ਫਸਟ ਆਇਆ। ਕਿਆ ਬਾਤ ਹੈ ਜੀ।
ਅੱਛਾ ਤੇ ਜਿਹੜੀ ਫਿਰ ਇੱਥੇ ਸੀਗੀ ਇੱਥੇ ਵੀ ਉਦੋਂ ਉਰਦੂ ਹੀ ਸੀ ਕਿ ਫਿਰ ਹਿੰਦੀ 'ਚ ਸ਼ੁਰੂ ਹੋ ਗਈ ਸੀ ਪੜ੍ਹਾਈ? ਇੱਥੇ ਹਿੰਦੀ ਇੰਗਲਿਸ਼। ਠੀਕ ਹੈ ਜੀ, ਹਿੰਦੀ ਇੰਗਲਿਸ਼। ਅੱਛਾ ਜੁਨੇਜਾ ਸਾਹਿਬ, ਇਹ ਦੱਸੋ ਕਿ ਕਦੇ ਉਸ ਤੋਂ ਬਾਅਦ, ਮੁਲਕ ਬਣਨ ਤੋਂ ਬਾਅਦ, ਹਿੰਦੁਸਤਾਨ ਪਾਕਿਸਤਾਨ ਦੋ ਅਲੱਗ ਹੋਣ ਤੋਂ ਬਾਅਦ ਕਦੇ ਆਪਣੇ ਪਿੰਡ ਗਏ ਹੋ ਕਦੇ ਪਾਕਿਸਤਾਨ ਜਾਣ ਦਾ? ਨਹੀਂ ਨਹੀਂ। ਅਤੇ ਯਾਦ ਆਉਂਦੀ ਹੈ ਪਿੰਡ ਤਾਂ ਜਾਣ ਦਾ? ਨਹੀਂ ਨਹੀਂ। ਅਤੇ ਯਾਦ ਆਉਂਦੀ ਹੈ ਪਿੰਡ ਦੀ? ਯਾਦ ਤਾਂ ਸਾਰੀ ਆ ਰਹੀ। ਠੀਕ ਹੈ ਜੀ। ਅਤੇ ਜਾਣ ਨੂੰ ਦਿਲ ਕਰਦਾ? ਦਿਲ ਤਾਂ ਕਰਦਾ, ਪਰ ਹੁਣ ਕਰੀਏ ਜੀ। ਠੀਕ ਹੈ ਜੀ। ਅੱਛਾ ਜੇ ਕੋਈ ਲੈਂਦੇ ਪੰਜਾਬ 'ਚੋਂ, ਕੋਈ ਪਾਕਿਸਤਾਨ 'ਚੋਂ, ਕੋਈ ਤੁਹਾਡੇ ਏਰੀਏ ਦਾ ਬੰਦਾ ਆਵੇ ਅਤੇ ਫਿਰ ਤੁਹਾਨੂੰ ਮਿਲੇ, ਆ ਕੇ ਤਾਂ ਮਿਲੋਗੇ ਉਹਨੂੰ, ਅਤੇ ਕੋਈ ਸੁਨੇਹਾ ਆਪਣੇ ਪਿੰਡ ਵਾਲਿਆਂ ਲਈ, ਤੁਹਾਡੇ ਪਿੰਡ ਵਾਸੀ ਤੁਹਾਨੂੰ ਦੇਖਣਗੇ, ਪੂਰਾ ਪਾਕਿਸਤਾਨ, ਪੂਰਾ ਹਿੰਦੁਸਤਾਨ, ਪੰਜਾਬ ਅਤੇ ਹੋਰ ਵੀ ਬਹੁਤ ਦੇਸ਼ਾਂ 'ਚ ਤੁਹਾਨੂੰ ਦੇਖਿਆ ਜਾਣਾ, ਕੋਈ ਆਪਣੇ ਪਿੰਡ ਵਾਸੀਆਂ ਲਈ, ਆਪਣੇ ਜ਼ਿਲ੍ਹੇ ਵਾਲਿਆਂ ਲਈ ਕੋਈ ਸੁਨੇਹਾ ਦੇਣਾ ਚਾਹੁੰਦੇ ਹੋਵੋ? ਗੱਲ ਇਹ ਹੈ ਕਿ ਇੱਥੋਂ ਦੇ ਜਿਹੜੇ ਉੱਥੇ ਜਾ ਕੇ ਵਸੇ ਨੇ, ਠੀਕ ਹੈ ਜੀ, ਉਹ ਤਾਂ ਸਾਨੂੰ ਜਾਣਦੇ ਨਹੀਂ। ਠੀਕ ਹੈ ਜੀ। ਹੁਣ ਤਾਂ ਸਾਨੂੰ ਜਾਣਨਗੇ ਜਿਹੜੇ ਉੱਥੋਂ ਤੋਂ ਕਮੀਕਾਰਾ ਸੀ। ਠੀਕ ਹੈ ਜੀ। ਔਰ ਕਮੀਕਾਰਾ ਉਸ ਵੇਲੇ ਜਿਹੜੇ ਸਾਡੀ ਉਮਰ 'ਚ ਆਏ, ਉਮਰ ਤਕਰੀਬਨ ਡੈਥ ਹੋ ਗਈ ਹੋਣੀ ਹੈ। ਠੀਕ ਹੈ। ਹੁਣ ਸਾਨੂੰ ਕੌਣ ਪਛਾਣਦਾ ਉੱਥੇ, ਕਿਆ ਜਾਣਨਾ ਸੀ? ਠੀਕ ਹੈ ਜੀ। ਹਾਂ ਨਹੀਂ, ਮਤਲਬ ਉਹਨਾਂ ਲਈ ਕੋਈ ਸੁਨੇਹਾ, ਕੋਈ ਗੱਲਬਾਤ, ਕੋਈ ਦਿਲ ਦੀ ਗੱਲ ਉਹਨਾਂ ਨੂੰ ਕਹਿਣੀ ਹੋਵੇ? ਦਿਲ ਨੂੰ ਤਾਂ ਹੁਣ ਕੀ ਦੱਸੀਏ, ਕੀ ਪਿਆਰ ਹੈ ਅਤੇ ਕੀ ਹੈ, ਉਹ ਤਾਂ ਪਿਆਰ ਸਾਰਾ ਉੱਥੇ ਰਹਿ ਗਿਆ। ਠੀਕ ਹੈ ਜੀ। ਇੱਥੇ ਆ ਕੇ ਵੀ ਮਤਲਬ ਮੈਂ ਇੱਕ ਸਟੇਬਲ ਜਗ੍ਹਾ 'ਤੇ ਨਹੀਂ ਰਿਹਾ। ਠੀਕ ਹੈ ਜੀ। ਇੱਥੇ ਹੀ ਆਇਆ, ਪਿੰਡ 'ਚ ਆਇਆ, ਫਿਰ ਮੈਂ ਰੋਹਤਕ ਆਇਆ, ਰੋਹਤਕ ਤੋਂ ਬਾਅਦ ਫਿਰ। ਸੋ ਅਸੀਂ ਗੱਲਬਾਤ ਕੀਤੀ ਜੀ ਰਾਮ ਸਰੂਪ ਜੁਨੇਜਾ ਜੀ, ਜੁਨੇਜਾ ਜੀ ਦੇ ਨਾਲ, ਜਿਨ੍ਹਾਂ ਦਾ ਕਿ ਜਿਹੜਾ ਜਨਮ ਸਥਾਨ ਹੈ, ਜਿੱਥੇ ਉਹ ਪੈਦਾ ਹੋਏ, ਖੇਡੇ, ਜੰਮੇ ਪਲੇ, ਪੜ੍ਹਾਈ ਕੀਤੀ 5ਵੀਂ ਤੱਕ ਦੀ, ਉਹ ਹੁਣ ਪਾਕਿਸਤਾਨ ਵਿੱਚ ਰਹਿ ਚੁੱਕਿਆ। ਪਰ ਇੱਕ ਗੱਲ ਬੜੀ ਅੱਛੀ ਨਿਕਲ ਕੇ ਸਾਹਮਣੇ ਆਈ, ਜਿਹੜਾ ਸਾਡਾ ਮਕਸਦ ਹੁੰਦਾ ਪੰਜਾਬੀ ਲਹਿਰ ਦਾ, ਜੋ ਮਕਸਦ ਹੈ ਪਿਆਰ ਮੁਹੱਬਤ, ਉਹਨਾਂ ਨੇ ਦੱਸਿਆ ਕਿ ਜਦ ਮੁਲਕ ਦੀ ਤਕਸੀਮ ਹੋ ਗਈ ਸੀ, ਉਹ ਕੈਂਪ ਵਿੱਚ ਆ ਗਏ ਸੀ, ਤਾਂ ਵੀ ਜਿਹੜੇ ਉਹਨਾਂ ਦੇ ਪਿੰਡ ਦੇ ਮੁਸਲਮਾਨ ਵੀਰ ਸੀ, ਉਹਨਾਂ ਨੂੰ ਖਾਣਾ ਪਾਣੀ, ਉਹਨਾਂ ਨੂੰ ਰਸਦ ਪਾਣੀ ਦਿੰਦੇ ਰਹੇ। ਔਰ ਉਹਨਾਂ ਨੇ ਬੜੀ ਅੱਛੀ ਗੱਲ ਕਹੀ ਕਿ ਜੇ ਕੋਈ ਸਾਡਾ ਪਾਕਿਸਤਾਨ ਤੋਂ ਕੋਈ ਵੀਰ, ਕੋਈ ਭਰਾ, ਕੋਈ ਭੈਣ ਆਵੇਗਾ ਤਾਂ ਅਸੀਂ ਉਹਨੂੰ ਬੜੀ ਚੰਗੇ ਤਰੀਕੇ ਦੇ ਨਾਲ ਸਵਾਗਤ ਕਰਾਂਗੇ, ਉਹਨਾਂ ਦਾ ਸਤਿਕਾਰ ਕਰਾਂਗੇ। ਸੋ ਦੋਸਤੋ, ਇਹੀ ਸਾਡਾ ਮਕਸਦ ਹੁੰਦਾ। ਬੇਸ਼ੱਕ ਦੋ ਮੁਲਕ ਮਜ਼ਹਬ ਦੇ ਨਾਂ 'ਤੇ ਬਣੇ, ਪਰ ਪੰਜਾਬੀ ਲਹਿਰ ਦਾ ਮਕਸਦ ਜੋ ਇਹਨਾਂ ਪ੍ਰੋਗਰਾਮਾਂ ਨੂੰ, ਇਹਨਾਂ ਵੀਡੀਓਜ਼ ਨੂੰ ਛਾਇਆ ਕਰਨਾ, ਤੁਹਾਡੇ ਨਜ਼ਰੇ ਤੁਹਾਡੇ ਸਾਹਮਣੇ ਰੱਖਣਾ, ਉਹਦਾ ਮਕਸਦ ਇਹੀ ਹੈ ਕਿ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਹੈ, ਇੱਕ ਤਾਂ ਉਹਨੂੰ ਪਤਾ ਲੱਗ ਸਕੇ ਕਿ ਉਸ ਵਕਤ ਲੋਕਾਂ ਦਾ ਰਹਿਣ ਸਹਿਣ ਕਿਵੇਂ ਸੀ, ਪਿਆਰ ਮੁਹੱਬਤ ਕਿਵੇਂ ਸੀ, ਔਰ ਦੂਸਰੀ ਗੱਲ ਇਹ ਕਿ ਉਦੋਂ ਜੋ ਕੁਛ ਹੋਇਆ ਉਹ ਹਾਲਾਤ ਕੁਛ ਮਾੜੇ ਸਨ, ਕੋਈ ਲੋਕ ਮਾੜੇ ਨਹੀਂ ਸਨ, ਕੋਈ ਧਰਤੀ ਮਾੜੀ ਨਹੀਂ ਸੀ, ਜਾਂ ਕੋਈ ਦੇਸ਼ ਜਾਂ ਕੋਈ ਦੁਨੀਆ ਮਾੜਾ ਨਹੀਂ ਸੀ, ਉਹ ਹਾਲਾਤ ਸਨ, ਉਹ ਟਾਈਮ ਸੀ। ਅੱਜ ਉਹਨਾਂ ਚੀਜ਼ਾਂ ਨੂੰ 70 ਵਰ੍ਹੇ ਹੋ ਚੁੱਕੇ ਨੇ। ਅਸੀਂ ਪੰਜਾਬੀ ਲਹਿਰ ਦੀ ਤਰਫ ਤੋਂ ਤੁਹਾਨੂੰ ਇਹੀ ਸੰਦੇਸ਼ ਦਿੰਦੇ ਹਾਂ ਕਿ 70 ਵਰ੍ਹੇ ਹੋ ਜਾਣ ਤੋਂ ਬਾਅਦ ਆਪਾਂ ਸਾਰੀ ਨਫ਼ਰਤ ਭੁਲਾ ਕੇ ਇੱਕ ਦੂਜੇ ਦੇ ਨਾਲ ਪਿਆਰ ਕਰਨਾ ਸਿੱਖੀਏ। ਸੋ ਤੁਹਾਨੂੰ ਸਾਡਾ ਇਹ ਪ੍ਰੋਗਰਾਮ ਕਿਵੇਂ ਲੱਗਿਆ, ਤੁਸੀਂ ਸਾਨੂੰ ਈਮੇਲ ਔਰ ਫੋਨ ਕਾਲ ਦੇ ਜ਼ਰੀਏ ਦੱਸ ਸਕਦੇ ਹੋ। ਜਲਦ ਹੀ ਪੰਜਾਬ ਅਤੇ ਪੰਜਾਬੀਅਤ ਦੇ ਨਾਲ ਨਵਾਂ ਪ੍ਰੋਗਰਾਮ ਲੈ ਕੇ ਤੁਹਾਡੇ ਹਾਜ਼ਰ ਹੋਵਾਂਗੇ, ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਦੇ ਲਈ ਰੱਬ ਰਾਖਾ, ਸਤਿ ਸ਼੍ਰੀ ਅਕਾਲ।